हाँ जी, किदां सारे? सत श्री अकाल सारिआं नूं। किदां सारे? मैनूं लगदा घैंट ही होणगे सारे। फिर गड्डी किन्ने देनी आ तुहानूं साल वास्ते? फिर तुसीं इत्थे कम्म लभदे फिर ना, कम्म तुहानूं मिलना नहीं। ठीक आ, आपां गल करांगे दुबई दे लाइसेंस बारे, किदां बणदा, किन्ने च बणदा, किन्नी एज आ। हाँ जी, किदां सारे? सत श्री अकाल सारिआं नूं। किदां सारे? मैनूं लगदा घैंट ही होणगे सारे। ते अज आपां गल करांगे दुबई दे लाइसेंस बारे, किन्नी एज च बनता ते किन्ना की है। ठीक है, बहुत यार कमेंट आउंदे सी, मैं रिप्लाई नहीं कर सकता कल्ले कल्ले कमेंट दा। ठीक है, मेरे को क्योंकि इन्ना टाइम ही नहीं हुंदा यार, बस सौण फोन दा ही टाइम हुंदा। ठीक है, जां माड़ी मोटी वीडियो बना ली है, तुहानूं इदां लगदा ना कि वेला रहिंदा जां बड़े नज़ारे आ। कुछ बंदिआं नूं इत्थे दुबई वालिआं नूं वी इदां ही लगदा कि इहदे नज़ारे आ, इह सवाद लैंदा जां इहनूं कोई वधिया कंपनी लभी हुई आ जां कुछ इदां करके, ਵੀ ਇਹਦੇ ਨਜ਼ਾਰੇ ਆ, ਵੀਡੀਓ ਬਣਾਉਂਦਾ ਤਾਂ ਬਸ ਇੱਦਾਂ। ਠੀਕ ਆ, ਇੱਦਾਂ ਦਾ ਕੁਛ ਨਹੀਂ ਹੈਗਾ ਯਾਰ, ਮੇਰੇ ਕੋਲ ਟਾਈਮ ਵਗੈਰਾ ਬਿਲਕੁਲ ਨਹੀਂ ਹੁੰਦਾ। ਠੀਕ ਆ, ਅਤੇ ਵੀਡੀਓ ਵਗੈਰਾ ਵਾਲੀ ਵੀ ਆਪਾਂ ਜਦੋਂ ਗੱਡੀ ਲੋਡ ਲਾਡ ਕਰਾਈ ਦੀ ਆ ਉਦੋਂ ਟਾਈਮ ਕੱਢ ਲਈਦਾ। ਅਤੇ ਅੱਜ ਆਪਾਂ ਗੱਲ ਕਰਾਂਗੇ ਦੁਬਈ ਦੇ ਲਾਇਸੈਂਸ ਬਾਰੇ, ਕਿੱਦਾਂ ਬਣਦਾ, ਕਿੰਨੇ ਚ ਬਣਦਾ, ਕਿੰਨੀ ਏਜ ਆ, ਕਿੱਦਾਂ ਬਣਾਉਣਾ ਜਾਂ ਕੀ ਕਰਨਾ, ਤੁਸੀਂ ਆਓ ਕਿ ਨਾ ਆਓ। ਠੀਕ ਆ, ਉਸ ਮੈਂ ਜੋ ਗੱਲਾਂ ਦੱਸਾਂਗਾ ਤੁਹਾਨੂੰ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਯਾਰ ਤੁਸੀਂ ਆਓ ਜਾਂ ਨਹੀਂ ਆਓ, ਉਹ ਤੁਹਾਡੇ ਉੱਤੇ ਡਿਪੈਂਡ ਹੋਊਗਾ ਜਦੋਂ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਦੂੰਗਾ। ਠੀਕ ਆ, ਹੁਣ ਆਪਾਂ ਗੱਲ ਸ਼ੁਰੂ ਇੱਥੇ ਕਰਦੇ ਹਾਂ ਕਿ ਦੁਬਈ ਦੇ ਲਾਇਸੈਂਸ ਦੀ ਏਜ ਕਿੰਨੀ ਚਾਹੀਦੀ ਆ। ਠੀਕ ਆ, ਏਜ ਤੁਹਾਡੀ 20+ ਹੋਣੀ ਚਾਹੀਦੀ ਆ, ਜਿੱਦਾਂ ਕਿ ਤੁਸੀਂ 20 ਸਾਲਾਂ ਦੇ ਅੱਜ ਹੋ ਗਏ ਜੇ ਕੱਲ੍ਹ ਨੂੰ ਤੁਸੀਂ ਫਾਈਲ ਓਪਨ ਕਰਾ ਸਕਦੇ ਆ ਆਪਣੀ ਲਾਇਸੈਂਸ ਦੀ। ਠੀਕ ਆ, 20 ਸਾਲ+ ਚਾਹੀਦੀ ਆ, ਜਿਵੇਂ ਅੱਜ ਹੀ ਤੁਸੀਂ 20 ਸਾਲ ਦੇ ਹੋਏ ਕੱਲ੍ਹ ਨੂੰ ਤੁਹਾਡੀ ਫਾਈਲ ਓਪਨ ਹੋ ਜੂਗੀ। ਠੀਕ ਆ, ਇਸ ਬਸ ਏਜ ਦਾ ਮੈਟਰ ਬਸ ਇੰਨਾ ਹੀ ਆ, ਇਸ ਤੋਂ ਵੱਧ ਕੁਛ ਨਹੀਂ ਹੈਗਾ ਏਜ ਦਾ। ਕੋਈ ਸਰਟੀਫਿਕੇਟ ਨਹੀਂ ਲੱਗਦਾ, ਕੋਈ ਵੀ ਪੜ੍ਹਾਈ ਵਗੈਰਾ ਦਾ ਕੁਛ ਬੰਦੇ ਕਰੀ ਹੁੰਦੇ, ਸਟੱਡੀ ਕਿੰਨੀ ਚਾਹੀਦੀ ਆ, ਪੜ੍ਹਾਈ ਕਿੰਨੀ ਚਾਹੀਦੀ ਆ, ਬਈ ਦੱਸੋ ਪੜ੍ਹਾਈ ਕਿੰਨੀ ਚਾਹੀਦੀ ਆ, ਬਈ ਪੜ੍ਹਾਈ ਕੋਈ ਨਹੀਂ ਚਾਹੀਦੀ ਕਿਸੇ ਤਰੀਕੇ ਦੀ ਵੀ। ਠੀਕ ਆ, ਇੰਡੀਆ ਦਾ ਲਾਇਸੈਂਸ ਵੀ ਕੋਈ ਮੈਟਰ ਨਹੀਂ ਕਰਦਾ ਕਿਸੇ ਤਰੀਕੇ ਦਾ, ਕੋਈ ਲਾਇਸੈਂਸ ਯਾਰ ਕੁਛ ਨਹੀਂ ਮੈਟਰ ਕਰਦਾ, ਬਸ ਥੋੜ੍ਹਾ ਬਹੁਤਾ ਕਲਾਸਾਂ ਦਾ ਹੀ ਫਰਕ ਪਊਗਾ। ਕੁਛ ਕਹੀ ਜਾਂਦੇ ਸਾਡੇ ਕੋਲ ਇੰਡੀਆ ਦਾ ਐਕਸਪੀਰੀਅੰਸ ਆ ਜਾਂ ਬਾਈ ਉਹ ਕੋਈ ਚੀਜ਼ ਨਹੀਂ ਇੱਥੇ ਚੱਲਦੀ। ਠੀਕ ਆ ਨਾ, ਇੰਡੀਆ ਦਾ ਐਕਸਪੀਰੀਅੰਸ ਵਗੈਰਾ ਕੋਈ ਚੀਜ਼ ਮੈਟਰ ਨਹੀਂ ਕਰਦੀ। ਹਾਂ, ਤੁਹਾਡੀ ਗੱਡੀ ਜਦੋਂ ਤੁਸੀਂ ਬਾਅਦ ਵਿੱਚ ਚਲਾਓਗੇ ਉਹ ਜ਼ਰੂਰ ਤੁਹਾਡਾ ਮੈਟਰ ਐਕਸਪੀਰੀਅੰਸ ਕੰਮ ਆਊਗਾ ਕਿ ਹਾਂ ਯਾਰ ਤੁਸੀਂ ਗੱਡੀ ਚਲਾਈ ਆ ਉੱਥੇ, ਉਸ ਚੀਜ਼ ਤੁਹਾਡੀ ਜ਼ਰੂਰੀ ਕੰਮ ਆਊਗੀ ਕਿਉਂਕਿ ਚਲਾਇਆ ਤਾਂ ਟਰੱਕ ਹੀ ਹੋਇਆ ਨਾ ਕਿਸੇ ਤਰੀਕੇ ਦਾ ਵੀ ਭਾਵੇਂ ਚਲਾਇਆ। ਠੀਕ ਆ, ਉਸ ਚੀਜ਼ ਤੁਹਾਡੇ ਜ਼ਰੂਰ ਕੰਮ ਆਊਗੀ ਰਿਵਰਸ ਵਗੈਰਾ 'ਚ ਜਾਂ ਜੋ ਚੀਜ਼ਾਂ ਤੁਹਾਡੇ ਤੁਸੀਂ ਗੱਡੀ ਚਲਾਈ ਹੋਈ ਆ। ਠੀਕ ਆ, ਉਹ ਚੀਜ਼ਾਂ ਤੁਹਾਡੇ ਜ਼ਰੂਰ ਕੰਮ ਆਉਣਗੀਆਂ। ਠੀਕ ਆ, ਹੁਣ ਇੱਕ ਗੱਲ ਹੋਰ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦੱਸਦਾ, ਦੁਬਈ ਦੇ ਵਿੱਚ ਕੋਈ ਮੁੰਡਾ ਰਿੱਕੀ ਕਰਕੇ ਆ, ਚਲੋ ਆਪਾਂ ਉਹਨੂੰ ਮਾੜਾ ਚੰਗਾ ਨਹੀਂ ਕੋਈ ਗੱਲ ਕਹਿੰਦੇ, ਮੈਂ ਉਦਾਂ ਗੱਲ ਇੱਕ ਨੋਰਮਲ ਕਰ ਲੱਗਾ। ਉਹ ਬੰਦਾ ਇਹ ਕਹਿੰਦਾ ਕਿ ਤੁਸੀਂ ਆਪਣੇ ਆਪ ਆ ਕੇ ਲਾਇਸੈਂਸ ਬਣਾਓ, ਤੁਹਾਡਾ 4-5 ਲੱਖ ਰੁਪਏ 'ਚ ਲਾਇਸੈਂਸ ਬਣ ਜੂਗਾ। ਹੈ ਨਾ, ਮੈਂ ਖੁਦ ਬਣਾਇਆ ਹੋਇਆ ਇੱਦਾਂ ਹੀ ਆਪਣੇ ਆਪ ਆ ਕੇ, ਬਟ ਆਪ ਆ ਕੇ ਤੁਸੀਂ ਲਾਇਸੈਂਸ ਬਣਾ ਸਕਦੇ ਜੇ ਆਪਣਾ ਵੀਜ਼ਾ ਲੈ ਕੇ ਆਓਗੇ, ਉਸ ਤੋਂ ਬਾਅਦ ਲਾਇਸੈਂਸ ਬਣਾਓਗੇ, 4-5 ਲੱਖ ਰੁਪਏ 'ਚ ਬਣਾਓਗੇ। ਠੀਕ ਆ, ਬਣ ਗਿਆ, ਉਸ ਤੋਂ ਬਾਅਦ 'ਚ ਕੰਮ ਕੌਣ ਦਊਗਾ? ਇਸ ਚੀਜ਼ ਮੈਂ ਉਹਨੂੰ ਪੁੱਛੂੰਗਾ ਵੀ ਕੰਮ ਤੂੰ ਦਵਾਏਂਗਾ? ਨਵੇਂ ਲਾਇਸੈਂਸ 'ਤੇ ਕੰਮ ਕੋਈ ਕੰਪਨੀ ਨਹੀਂ ਦਿੰਦੀ, ਨਾ ਕੋਈ ਟਰਾਂਸਪੋਰਟ ਦਿੰਦੀ ਹੈ। ਠੀਕ ਆ ਨਾ, ਫਰੈਸ਼ ਲਾਇਸੈਂਸ 'ਤੇ ਕੋਈ ਦੇ ਵੀ ਦਿੰਦੀਆਂ ਨੇ, ਫਿਰ ਵੀਜ਼ੇ ਦੇ ਪੈਸੇ ਕੱਟਦੀਆਂ ਦੁਬਾਰਾ ਤੋਂ, ਫਿਰ ਤੋਂ ਦੀ ਵੀਜ਼ੇ ਦੇ ਪੈਸੇ ਕੱਟਣਗੀਆਂ ਤੁਹਾਡੇ 7-8 ਹਜ਼ਾਰ ਦਰਾਮ। ਠੀਕ ਆ, ਉਸ ਤੋਂ ਵਧੀਆ ਕਿ ਤੁਸੀਂ ਜਦੋਂ ਠੇਕਾ ਕਰਕੇ ਆਉਂਦੇ ਜੇ ਉਹਦੇ ਵਿੱਚ ਸਾਰੀ ਟਰਾਂਸਪੋਰਟ ਦੀ ਜ਼ਿੰਮੇਵਾਰੀ ਹੋਊਗੀ ਤੁਹਾਡੀ। ਠੀਕ ਆ, ਜਦੋਂ ਤੁਸੀਂ ਤੁਹਾਨੂੰ ਜਦੋਂ ਸੱਦਣਗੇ ਇੱਥੇ, ਉਹਨਾਂ ਦੇ ਰਹਿਣ ਦਾ, ਖਾਣ ਦਾ, ਸਕੂਲੇ ਛੱਡਣ ਦਾ, ਸਕੂਲ ਦਾ ਸਾਰਾ ਜਿੰਨਾ ਫੀਸ ਦਾ ਖਰਚਾ ਹੋਊਗਾ ਉਹ ਟਰਾਂਸਪੋਰਟ ਤੁਹਾਡੀ, ਜਿੰਨਾ ਵੀ ਤੁਸੀਂ ਠੇਕਾ ਕਰੋਗੇ। ਠੀਕ ਆ, ਇੱਕ ਗੱਲ ਹੋਰ ਇਹਦੇ ਵਿੱਚ, ਟਰਾਂਸਪੋਰਟ ਤੁਹਾਡੀ ਵਧੀਆ ਹੋਣੀ ਚਾਹੀਦੀ ਆ। ਇਹ ਹੁਣ ਤੁਸੀਂ ਕਿਸੇ ਗਲਤ ਬੰਦੇ ਕੋਲ ਫਸ ਜਾਂਦੇ ਜੇ, ਠੀਕ ਆ, ਮੇਰੀ ਗੱਲ ਸੁਣ ਕੇ, ਉਹ ਤੁਹਾਡੀ ਤੁਹਾਡੇ ਉੱਤੇ ਡਿਪੈਂਡ ਕਰੂਗਾ। ਠੀਕ ਆ ਨਾ, ਕਿਸੇ ਗਲਤ ਬੰਦੇ ਕੋਲ ਫਸਦੇ ਜੇ ਜਾਂ ਕਿਸੇ ਹੋਰ ਚੱਕਰ 'ਚ ਪੈ ਜਾਂਦੇ ਜੇ, ਉਹ ਤੁਹਾਡੇ ਹੀ ਆ ਕਿ ਬੰਦਾ ਕਿੱਦਾਂ ਦਾ ਅਗਲਾ। ਠੀਕ ਆ, ਜੇ ਤੁਸੀਂ ਡਾਇਰੈਕਟ ਆ ਕੇ ਲਾਇਸੈਂਸ ਬਣਾਉਂਦੇ 4-5 ਲੱਖ ਰੁਪਏ 'ਚ, ਉਹਦੇ ਵਿੱਚ ਵੇਖੋ ਤੁਹਾਨੂੰ ਕੰਮ ਕਿਸੇ ਨੇ, ਹਾਂ ਦੇ ਵੀ ਸਕਦੀ ਆ ਕੰਪਨੀ। ਮੈਂ ਜਦੋਂ ਆ ਗਿਆ ਸੀ ਮੈਂ ਇੱਥੇ ਬਣਾਇਆ ਹੋਇਆ, ਮੇਰੇ ਕੋਈ ਮਤਲਬ ਰਿਸ਼ਤੇਦਾਰ ਸੀ ਜਾਂ ਜਿਨ੍ਹਾਂ ਨੇ ਮੇਰਾ ਲਾਇਸੈਂਸ ਬਣਵਾ ਕੇ ਦਿੱਤਾ ਸੀ, ਉਦੋਂ ਬਾਅਦ 'ਚ ਮੈਨੂੰ ਚਲੋ ਮੇਰੀ ਕਿਸਮਤ ਸਮਝ ਲਓ ਜਾਂ ਮੈਨੂੰ ਕੰਮ ਵਧੀਆ ਮਿਲ ਗਿਆ। ਠੀਕ ਹੈ ਨਾ, ਨਹੀਂ ਤਾਂ ਕੋਈ ਵੀ ਜ਼ਿਆਦਾਤਰ ਸਾਲ ਪੁਰਾਣਾ ਤਾਂ ਲਾਇਸੈਂਸ ਹੋਣਾ ਹੀ ਚਾਹੀਦਾ, ਸਾਲ ਤੋਂ ਪਹਿਲਾਂ ਫਰੈਸ਼ ਲਾਇਸੈਂਸ 'ਤੇ ਕੋਈ ਨਹੀਂ ਕੰਮ ਦਿੰਦਾ। ਠੀਕ ਆ, ਦੂਜੀ ਗੱਲ, ਜਦੋਂ ਤੁਸੀਂ ਟਰਾਂਸਪੋਰਟ ਦੇ ਜ਼ਰੀਏ ਆਓਗੇ, ਠੀਕ ਆ, ਉਹਦੇ ਵਿੱਚ ਟਰਾਂਸਪੋਰਟ ਤੁਹਾਨੂੰ ਲਾਇਸੈਂਸ ਬਣਾ ਕੇ ਦਊਗੀ, ਠੀਕ ਆ, 2 ਸਾਲ ਦਾ ਤੁਹਾਨੂੰ ਵੀਜ਼ਾ ਦਊਗੀ, ਉਦੋਂ ਬਾਅਦ 'ਚ ਕੰਮ ਵੀ ਤੁਹਾਨੂੰ ਗੱਡੀ ਵੀ ਉਹਨਾਂ ਨੇ ਦੇਣੀ ਆ। ਇਹ ਤੁਸੀਂ ਗੱਲ ਕਰਕੇ ਆਉਣੀ ਆ ਕਿ 2 ਸਾਲ ਦਾ ਗੱਡੀ ਤੁਸੀਂ ਉਹਨੂੰ ਚਲਵਾਉਣੀ ਆ। ਠੀਕ ਆ ਨਾ, ਉਹ ਤੁਹਾਨੂੰ 2 ਸਾਲ ਤੱਕ ਗੱਡੀ ਦੇਣਗੇ। ਠੀਕ ਆ, ਤੁਸੀਂ 2 ਸਾਲ ਤਾਂ ਇਹ ਮੰਨ ਕੇ ਚੱਲੋ ਵੀ ਤੁਸੀਂ ਕੁਛ ਨਹੀਂ, ਤੁਹਾਨੂੰ ਜੋ ਤੁਸੀਂ 7-8 ਲੱਖ ਰੁਪਇਆ ਲਾ ਕੇ ਆਓਗੇ ਨਾ ਤੁਹਾਡੇ ਉਹੀ ਪੈਸੇ ਬਚਣੇ ਆ। ਉਸ ਤੋਂ ਬਾਅਦ ਵਿੱਚ ਤੁਸੀਂ ਕਿਤੇ ਵਧੀਆ ਕੰਮ ਵੀ ਲੱਭ ਸਕਦੇ ਜੇ ਤੁਹਾਨੂੰ ਉਹੀ ਟਰਾਂਸਪੋਰਟ ਵਧੀਆ ਸੈਲਰੀ ਦਿੰਦੀ ਆ ਜਾਂ ਸਾਰਾ ਕੁਝ ਕਰਦੀ ਆ। ਠੀਕ ਆ, ਫਿਰ ਤੁਸੀਂ ਉਹਦੇ ਵਿੱਚ ਵੀ ਲੱਗੇ ਰਹਿ ਸਕਦੇ ਜੀ। ਠੀਕ ਆ, ਉਹਦੇ ਵਿੱਚ ਤੁਹਾਨੂੰ ਇਹ ਫਾਇਦਾ ਠੇਕੇ ਦੇ ਵਿੱਚ ਰੁਪਈਆ ਸਿਰਫ 2 ਲੱਖ ਜਾਂ 2.5 ਲੱਖ ਦਾ ਤੁਹਾਡਾ ਫਰਕ ਪਊਗਾ। ਅਤੇ ਜੇ ਤੁਸੀਂ ਹੁਣ ਉਂਝ ਆ ਕੇ ਲਾਇਸੈਂਸ ਬਣਾ ਲਿਆ, ਠੀਕ ਆ, ਪਹਿਲੀ ਗੱਲ ਤੁਹਾਡਾ ਮੰਨ ਲਓ 5 ਲੱਖ 'ਚ ਸਾਰਾ ਬਣ ਗਿਆ, ਉਂਝ ਤੁਹਾਨੂੰ 7.5 ਲੱਖ 'ਚ ਬਣਦਾ। ਠੀਕ ਆ, ਫਿਰ ਗੱਡੀ ਕਿੰਨੇ ਦੇਣੀ ਆ ਤੁਹਾਨੂੰ ਸਾਲ ਵਾਸਤੇ? ਫਿਰ ਤੁਸੀਂ ਇੱਥੇ ਕੰਮ ਲੱਭਦੇ ਫਿਰ ਨਾ, ਕੰਮ ਤੁਹਾਨੂੰ ਮਿਲਣਾ ਨਹੀਂ। ਠੀਕ ਆ, ਜਿਹੜਾ 5 ਲੱਖ ਲਾਇਆ ਉਹ ਵੀ ਪੱਟੇ 'ਚ ਗਿਆ ਤੁਹਾਡਾ। ਠੀਕ ਆ, ਕੁਛ ਬੰਦੇ ਇਹ ਕਹਿੰਦੇ ਕਿ ਹਾਂ ਆਪਣੇ ਆਪ ਬਣਾਓ, ਆਪਣੇ ਆਪ ਬਣਾਓ ਜੇ ਤੁਹਾਡੇ ਕੋਈ ਜਾਣ ਪਛਾਣ ਦਾ ਹੈਗਾ ਉਹ ਤੁਹਾਨੂੰ ਸੱਦਦਾ, ਉਦੋਂ ਬਾਅਦ ਤੁਹਾਨੂੰ ਕੰਮ ਦਵਾ ਦੂਗਾ, ਫਿਰ ਬਣਾਓ ਆਪਣੇ ਆਪ। ਠੀਕ ਆ,
ਉੱਦਾਂ ਜੇ ਤੁਸੀਂ ਆਪਣੇ ਆਪ ਲਾਇਸੈਂਸ ਬਣਾ ਲੈਂਦੇ ਜੇ ਤਾਂ ਤੁਹਾਨੂੰ ਕੰਮ ਵਗੈਰਾ ਇੱਥੇ ਕੁਛ ਨਹੀਂ ਮਿਲਣਾ ਹੈਗਾ। ਚਲੋ ਮਿਲ ਵੀ ਸਕਦਾ, ਮੈਂ ਨਹੀਂ ਕਹਿੰਦਾ ਨਹੀਂ, ਪਰ 99% ਨਾ ਆ, ਨਵੇਂ ਲਾਇਸੈਂਸ 'ਤੇ ਕੰਮ ਬਿਲਕੁਲ ਨਹੀਂ ਮਿਲਦਾ ਦੁਬਈ ਦੇ ਵਿੱਚ, ਠੀਕ ਆ, ਇਹ ਗੱਲ ਦਿਮਾਗ ਦੇ ਵਿੱਚ ਬਿਠਾ ਲਓ, ਠੀਕ ਆ। ਅਤੇ ਦੂਜੀ ਗੱਲ, ਜੇ ਤੁਸੀਂ ਟਰਾਂਸਪੋਰਟ ਦਾ ਠੇਕਾ ਕਰਕੇ ਆਉਂਦੇ ਜੇ ਕਿਸੇ ਵਧੀਆ ਨਾਲ, ਫਿਰ ਮੈਂ ਇਹੀ ਗੱਲ ਕਹਿੰਦਾ ਕਿਸੇ ਵਧੀਆ ਟਰਾਂਸਪੋਰਟ ਦਾ ਠੇਕਾ ਕਰਕੇ ਆਉਂਦੇ ਜੇ ਤਾਂ ਫਿਰ ਫਾਇਦਾ। ਜੇ ਤੁਸੀਂ ਕਿਸੇ ਗਲਤ ਬੰਦੇ ਕੋਲ ਫਸ ਗਏ ਤਾਂ ਉਹ ਜ਼ਿੰਮੇਵਾਰੀ ਬਾਈ ਤੁਹਾਡੀ ਹੋਊਗੀ, ਮੈਂ ਇਸ ਚੀਜ਼ ਦੇ ਵਿੱਚ ਕੋਈ ਉਹ ਨਹੀਂ ਤੁਹਾਨੂੰ ਕਹਿ ਸਕਦਾ, ਠੀਕ ਆ। ਅਤੇ ਇਹ ਆ ਕਿ ਟਰਾਂਸਪੋਰਟ ਵਾਲੇ ਬਈ ਬਹੁਤ ਪਰੇਸ਼ਾਨ ਕਰਦੇ ਆ ਇੱਥੇ, ਠੀਕ ਆ। ਦੁਬਈ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲਾਂ ਆਪਣੀਆਂ ਸੋਚ ਲਿਓ, ਗੱਲਾਂ ਸਾਰੀਆਂ ਕਰ ਲਿਓ, ਕਿੱਦਾਂ ਕਿੱਦਾਂ, ਠੀਕ ਆ, ਕੀ ਆ ਕਿ ਰਹਿਣ ਦਾ ਖਰਚਾ ਉਹਨਾਂ ਦਾ ਜਿੰਨੇ ਚਿਰ ਲਾਇਸੈਂਸ ਨਹੀਂ ਬਣਦਾ, ਖਾਣ ਦਾ, ਉਸ ਤੋਂ ਬਾਅਦ ਵਿੱਚ ਗੱਡੀ ਦੇਣਗੇ ਕਿ ਨਹੀਂ, ਸਾਨੂੰ ਜਦੋਂ ਲਾਇਸੈਂਸ ਬਣ ਗਿਆ ਸਾਨੂੰ ਕੰਮ ਚਾਹੀਦਾ, ਉਸ ਤੋਂ ਬਾਅਦ ਤੁਹਾਡੀ ਸੈਲਰੀ ਸ਼ੁਰੂ ਹੋਣੀ ਚਾਹੀਦੀ ਆ, ਠੀਕ ਆ। ਅਤੇ ਜ਼ਿਆਦਾਤਰ ਇੱਕ ਤੁਹਾਨੂੰ ਮੈਂ ਹੋਰ ਸਲਾਹ ਦਊਂਗਾ, ਲਾਇਸੈਂਸ ਬਣਾਓ ਜਾਂ ਤਾਂ ਤੁਸੀਂ ਆਓ ਬਈ ਵੇਖੋ ਦੁਬਈ ਦੇ ਵਿੱਚ, ਅਤੇ ਨਾ ਆਇਓ ਤਾਂ ਜ਼ਿਆਦਾ ਬੈਸਟ ਰਹੂਗਾ ਤੁਹਾਡੇ ਲਈ, ਠੀਕ ਆ। ਜਿਹਨੇ ਟਰੈਕਿੰਗ 'ਚ ਆਉਣਾ ਦੁਬਈ ਦੇ ਵਿੱਚ ਨਾ ਆਓਗੇ ਤਾਂ ਜ਼ਿਆਦਾ ਬੈਸਟ ਰਹੂਗਾ। ਦੁਬਈ ਸਟੇਟ ਦੇ ਵਿੱਚ ਤੁਸੀਂ ਸ਼ਾਰਜਾ, ਉਮਲ ਕਵੇਨ, ਰਸਲ ਖੇਮੇ 'ਚ ਆਓ ਜਾਂ ਉਮਲ ਕਵੇਨ 'ਚ ਆਓ, ਸਭ ਤੋਂ ਵਧੀਆ ਅਜਮਾਨ 'ਚ ਆ ਜਾਓ ਜਾਂ ਕਿਸੇ ਹੋਰ ਤੁਹਾਡੀ ਟਰਾਂਸਪੋਰਟ ਕੋਈ ਇੱਥੋਂ ਦੀ ਹੈਗੀ ਆ, ਠੀਕ ਆ, ਆਬੂ ਧਾਬੀ ਵਾਲਾ ਆ ਜਾਓ ਤਾਂ ਵੀ ਵਧੀਆ, ਲਾਇਸੈਂਸ ਤੁਹਾਡਾ ਸੌਖਾ ਬਣ ਜੂਗਾ ਜੇ ਤੁਸੀਂ ਆਉਂਦੇ ਜੇ ਦੁਬਈ ਦੇ ਵਿੱਚ, ਠੀਕ ਆ। ਦੁਬਈ ਦੇ ਵਿੱਚ ਵੀ ਆਓ, ਪਰ ਟੈਸਟ ਹਾਰਡ ਆ, ਦੁਬਈ ਦਾ ਟੈਸਟ ਹਾਰਡ ਆ, ਰਸਲ ਖੇਮੇ ਦਾ, ਇਹਨਾਂ ਦੇ ਟੈਸਟ ਜਿਹੜੇ ਆ ਉਹ ਈਜ਼ਲੀ ਆਪਾਂ ਪਾਸ ਕਰ ਸਕਦੇ ਹਾਂ, ਜ਼ਿਆਦਾਤਰ ਉਨੇ ਔਖੇ ਨਹੀਂ ਹੈਗੇ। ਦੁਬਈ ਵਾਲੇ ਜਿਹੜੇ ਟੈਸਟ ਆ ਉਹ ਜ਼ਿਆਦਾ ਹਾਰਡ ਆ, ਮੈਂ ਦੁਬਈ ਦੇ ਵਿੱਚ ਬਣਾਇਆ ਹੋਇਆ, ਮੁੰਡੇ ਮੇਰੇ ਨਾਲ ਟਰਾਂਸਪੋਰਟਾਂ ਵਾਲੇ ਹੈਗੇ ਹੀ ਇਹ ਗੱਲ, ਕਿਉਂਕਿ ਵੀਡੀਓ ਥੋੜ੍ਹੀ ਲੰਬੀ ਹੋਣੀ ਆ, ਮੈਂ ਇਸ ਕਰਕੇ ਤੁਹਾਨੂੰ ਪੂਰੀ ਗੱਲ ਮੈਂ ਦੱਸ ਦੂੰਗਾ ਕਿ ਕਿਉਂਕਿ ਇਹ ਚੀਜ਼ਾਂ ਤੁਹਾਡੇ ਕੰਮ ਆ ਜਾਣਗੀਆਂ ਜਿੱਥੇ ਤੱਕ ਮੈਂ ਸੋਚਦਾ ਵਾਂ, ਕਿ ਮੈਂ ਇਹ ਨਹੀਂ ਤੁਹਾਨੂੰ ਕਹਿੰਦਾ ਯਾਰ ਤੁਸੀਂ ਆਓ ਜਾਂ ਤੁਸੀਂ ਨਹੀਂ ਆਓ, ਠੀਕ ਆ। ਉਸ ਤੋਂ ਬਾਅਦ ਵਿੱਚ ਤੁਹਾਨੂੰ ਮੈਂ ਸੈਲਰੀ ਦਾ ਵੀ ਦੱਸ ਦਿੰਦਾ ਕਿ ਤੁਹਾਨੂੰ ਸ਼ੁਰੂ 'ਚ ਕਿੰਨੇ ਪੈਸੇ ਬਣਨਗੇ, ਠੀਕ ਆ। ਉਸ ਤੋਂ ਬਾਅਦ ਵਿੱਚ ਹਾਂ, ਰਸਲ ਖੇਮਾ, ਉਮਲ ਕਵੇਨ, ਇਹ ਚੀਜ਼ਾਂ ਦੇ ਵਿੱਚ ਤੁਸੀਂ ਆਓਗੇ, ਵਧੀਆ ਟਰਾਂਸਪੋਰਟ ਕੋਈ ਲੱਭ ਲਓ, ਠੀਕ ਆ, ਇਹਨਾਂ ਦੇ ਵਿੱਚ ਆਓ। ਦੁਬਈ ਦੇ ਵਿੱਚ ਨਾ ਆਓ ਤਾਂ ਜ਼ਿਆਦਾ ਬੈਸਟ ਆ ਤੁਹਾਡੇ ਲਈ, ਮੈਂ ਤੁਹਾਨੂੰ ਦੱਸਣ ਦਿਆਂ, ਕਿਉਂਕਿ ਈਜ਼ਲੀ ਤੁਸੀਂ ਇਹਨਾਂ ਦੇ ਵਿੱਚ ਪਾਸ ਹੋ ਜਾਓਗੇ, ਉਹ ਥੋੜ੍ਹਾ ਟੈਸਟ ਉਹਨਾਂ ਦਾ ਹਾਰਡ ਰਹਿੰਦਾ, ਜ਼ਿਆਦਾ ਟਫ ਟੈਸਟ ਆ ਉਹਨਾਂ ਦਾ, ਠੀਕ ਆ। ਆਬੂ ਧਾਬੀ ਦੇ ਵਿੱਚ ਆਓ ਤਾਂ ਹੋਰ ਜ਼ਿਆਦਾ ਬੈਸਟ ਆ, ਠੀਕ ਆ। ਇਹ ਜਿਸ ਤੱਕ ਮੈਨੂੰ ਇੱਕ ਦੋ ਮੁੰਡੇ ਮੈਨੂੰ ਮਿਲਦੇ ਰਹਿੰਦੇ ਆ, ਜਿੱਦਾਂ ਮੈਂ ਜਦੋਂ ਜਾਂਦਾ ਲੋਡ ਵਗੈਰਾ ਲੈ ਕੇ ਰਸਲ ਖੇਮੇ ਦੇ ਵਿੱਚ ਵੀ ਮੇਰੇ ਹੈਗੇ ਯਾਰ ਦੋਸਤ, ਉਹ ਆਏ ਹੋਏ ਆ ਨਵੇਂ, ਉਹ ਕਹਿੰਦੇ ਕਿ ਬਾਈ ਮੈਂ ਮਹੀਨੇ 'ਚ ਲਾਇਸੈਂਸ ਬਣਾ ਲਿਆ, ਮੈਂ 1.5-2 ਮਹੀਨੇ 'ਚ ਲਾਇਸੈਂਸ ਬਣਾ ਲਿਆ, ਇੱਦਾਂ ਕਰਕੇ ਆ, ਠੀਕ ਆ। ਉੱਧਰ ਤੁਹਾਡਾ ਖਰਚਾ ਵੀ ਘੱਟ ਹੋਊਗਾ ਲਾਇਸੈਂਸ 'ਤੇ, ਉਹ ਤੁਸੀਂ ਆਪਣਾ ਵੇਖ ਕੇ ਸਮਝ ਕੇ ਸੋਚ ਸਮਝ ਕੇ ਪੁੱਛ ਗਿੱਛ ਕੇ ਆਪਣੇ ਜਿਹੜੇ ਰਿਲੇਸ਼ਨ 'ਚ ਹਰ ਕਿਸੇ ਦੇ ਕੋਈ ਨਾ ਕੋਈ ਹੁੰਦਾ, ਠੀਕ ਆ ਨਾ, ਪੁੱਛ ਕੇ ਆਪਣਾ ਅਤੇ ਆਇਓ ਉਹ ਹਿਸਾਬ ਨਾਲ, ਠੀਕ ਆ। ਸੈਲਰੀ ਜਿਹੜੀ ਤੁਹਾਨੂੰ ਸ਼ੁਰੂ ਤੋਂ ਤੁਹਾਡੀ ਲੱਗੂਗੀ ਲਮਸਮ, ਜਦੋਂ ਤੁਸੀਂ ਟਰਾਂਸਪੋਰਟ ਦੇ ਵਿੱਚ ਕਿਸੇ ਦੇ ਵਿੱਚ ਵੀ ਆਓਗੇ, ਲੱਗੂਗੀ ਤੁਹਾਡੀ 2500, ਲਾਸਟ 3000 ਦਰਾਮ ਤੱਕ 2500 ਲੱਗੂਗੀ, ਪਰ ਲਾਸਟ ਹੋਊਗਾ 3000 ਕਿਸੇ ਦਾ ਹੋਊਗਾ, 2500 ਮਤਲਬ 50,000 ਰੁਪਈਆ ਤੁਹਾਨੂੰ ਉਹੀ 40,000 ਬਚੂਗਾ ਸ਼ੁਰੂ ਤੋਂ, ਠੀਕ ਆ। ਉਸ ਤੋਂ ਬਾਅਦ ਵੀ ਜੇ ਤੁਸੀਂ ਚੰਗੀਆਂ ਕੰਪਨੀਆਂ ਲੱਭ ਲੈਂਦੇ ਜੇ, ਕੋਈ ਵਧੀਆ ਲੱਭ ਲੈਂਦੇ ਜੇ, ਟਰਾਂਸਪੋਰਟ ਵਧੀਆ ਲੱਭ ਜਾਂਦੀ ਹੈ ਨਾ, 4-4 ਹਜ਼ਾਰ ਦਰਾਮ, 4500 ਦਰਾਮ, 5000 ਦਰਾਮ, ਠੀਕ ਆ। ਹੋਰ ਵੀ ਵਧੀਆ ਕੰਮ 5-5-6-6 ਹਜ਼ਾਰ ਦਰਾਮ, 7-7 ਹਜ਼ਾਰ ਦਰਾਮ ਵੀ ਤਨਖਾਹ ਆਉਂਦੀ ਆ ਡਰਾਈਵਰਾਂ ਦੀ ਦੁਬਈ ਦੇ ਵਿੱਚ, 1.5-1.5 ਲੱਖ ਰੁਪਇਆ ਵੀ ਡਰਾਈਵਰ ਕਮਾਉਂਦੇ ਆ, ਠੀਕ ਆ। ਕਿਉਂਕਿ ਜਿਹੜੇ ਬੰਦੇ ਇਹ ਕਹਿੰਦੇ ਯਾਰ ਉੱਥੇ ਤਾਂ ਕੁਛ ਹੈ ਨਹੀਂ, ਠੀਕ ਆ, ਉੱਥੇ ਤਾਂ ਕੋਈ ਪੈਸਾ ਨਹੀਂ ਹੈਗਾ, ਹੈਗਾ, ਬਟ ਯਾਰ ਸ਼ੁਰੂ ਵਾਲੇ 2 ਸਾਲ ਤੁਸੀਂ ਮੰਨ ਕੇ ਚੱਲੋ ਵੀ, ਸਾਲ ਤਾਂ ਮੰਨ ਕੇ ਚੱਲੋ ਵੀ ਯਾਰ ਕੁਛ ਨਹੀਂ ਹੈਗਾ, ਸਾਲ ਤਾਂ ਤੁਸੀਂ ਮਤਲਬ ਕਿ ਜਿਹੜੇ 2 ਸਾਲਾਂ 'ਚ ਤੁਸੀਂ ਉਹ ਪੈਸੇ ਲਾ ਸਕਦੇ, ਜਿਹੜਾ 7-8 ਲੱਖ ਤੁਸੀਂ ਲਾ ਕੇ ਆਓਗੇ, ਉਸ ਤੋਂ ਵਿੱਚ ਬਾਅਦ ਵਿੱਚ ਬਈ ਤੁਹਾਨੂੰ ਨਜ਼ਾਰੇ ਆ, ਠੀਕ ਆ। ਉਸ ਤੋਂ ਬਾਅਦ ਵਿੱਚ ਤੁਸੀਂ ਆਪਣੀ ਲਾਈਫ ਤੁਹਾਡੀ ਸਮਝ ਲਓ ਬਣ ਗਈ, ਉਸ ਤੋਂ ਬਾਅਦ ਵਿੱਚ ਤੁਸੀਂ 5000 ਵੀ ਕਮਾ ਸਕਦੇ ਜੇ, 4000 ਵੀ ਕਮਾ ਸਕਦੇ ਜੇ, ਠੀਕ ਆ। ਦੂਜੇ ਥਾਂ ਵੀਜ਼ਾ ਵੀ ਲਵਾ ਸਕਦੇ ਜੇ ਕੰਪਨੀ 'ਚ ਕੋਈ ਵਧੀਆ ਤੁਹਾਨੂੰ ਕੰਪਨੀ ਲੱਭਦੀ ਆ, 6000 ਵੀ ਕਮਾ ਸਕਦੇ ਜੇ, 5000 ਵੀ, 4000 ਵੀ, ਉਹ ਤੁਹਾਡੇ ਉੱਤੇ ਡਿਪੈਂਡ ਕਰੂਗਾ ਟ੍ਰਿਪਾਂ 'ਤੇ। ਲੇਕਿਨ ਸ਼ੁਰੂ ਦੇ ਵਿੱਚ ਜੇ ਤੁਸੀਂ ਆਖੋ ਵੀ ਮੈਂ ਆਉਂਦਿਆਂ ਸਾਰ ਮੈਂ ਇੰਜ ਕਰ ਦੂੰ, ਮੈਂ ਇੰਜ ਕਰ ਦੂੰ, ਮੈਂ ਇੰਜ ਕਰ ਦੂੰ, ਉਸ ਚੀਜ਼ ਕੁਛ ਨਹੀਂ ਹੈਗੀ, ਠੀਕ ਆ। ਸ਼ੁਰੂ ਦੇ ਵਿੱਚ ਧੱਕੇ ਹੀ ਵੱਜਣੇ ਆ, ਸਾਲ 1 ਸਾਲ ਤਾਂ ਮੰਨ ਕੇ ਚੱਲੋ ਵੀ ਤੁਹਾਡਾ ਖਰਚਾ ਪਾਣੀ ਕੱਢ ਕੇ ਤੁਹਾਨੂੰ ਜਿਹੜੇ ਪੈਸੇ ਤੁਸੀਂ ਲਾਏ ਹੋਏ ਆ 1.5-2 ਸਾਲਾਂ 'ਚ ਤੁਸੀਂ ਉਹ ਪੈਸੇ ਹੀ ਲਾ ਸਕਦੇ ਜੇ, ਠੀਕ ਆ। ਅਤੇ ਇਹ ਹਿਸਾਬ ਨਾਲ ਤੁਹਾਨੂੰ ਮੈਂ ਦੱਸਣ ਦਿਆਂ ਵੀ ਰੁਪਈਆ ਤੁਸੀਂ ਨਵੇਂ ਲਾਇਸੈਂਸ 'ਤੇ ਐਵੇਂ ਮੰਨ ਕੇ ਚੱਲੋ, ਜੇ ਤੁਸੀਂ ਟਰਾਂਸਪੋਰਟ 'ਚ ਠੇਕਾ ਕਰਕੇ ਆਉਂਦੇ ਜੇ ਤਾਂ 40,000-50,000 ਤੁਹਾਨੂੰ ਮਹਾਂ 40,000 ਬਚੂਗਾ, ਠੀਕ ਆ। ਇੰਨਾ ਮੈਂ ਤੁਹਾਨੂੰ ਦੱਸਦਾ ਵਾ, ਜ਼ਿਆਦਾ ਵੀ ਬਚਦਾ ਹੋ, ਕਈ ਟਰਾਂਸਪੋਰਟਾਂ ਵਧੀਆ ਵੀ ਯਾਰ, ਸੈਲਰੀ ਵਧੀਆ ਵੀ ਦਿੰਦੀ ਆ, ਸਾਰੇ ਆਪਾਂ ਮਾੜਾ ਨਹੀਂ ਕਹਿੰਦੇ। ਜ਼ਿਆਦਾਤਰ ਯਾਰ ਜਿਹੜੇ ਪੰਜਾਬੀ ਦੇ ਟਰਾਂਸਪੋਰਟਾਂ 99, ਕੋਈ ਸਹੀ ਵੀ ਆ ਯਾਰ, ਗਲਤ ਹੀ ਆ ਜ਼ਿਆਦਾਤਰ ਬੰਦੇ, ਮਤਲਬ ਧੱਕਾ ਹੀ ਕਰਦੇ ਆ। ਹਾਂ ਕਿ ਯਾਰ ਜਿਹਨੂੰ ਪੁੱਛੀਦਾ ਹੋਏ ਕਹਿੰਦੇ ਯਾਰ ਸੈਲਰੀ ਨਹੀਂ ਦਿੰਦੇ, ਸੈਲਰੀ ਨਹੀਂ ਦਿੰਦੇ, ਬਸ ਇਹੀ ਗੱਲ ਸਾਹਮਣੇ ਆਉਂਦੀ ਹੈ, ਠੀਕ ਆ। ਜਿਹਨੂੰ ਵੀ ਆਪਾਂ ਮਰਜ਼ੀ ਪੁੱਛ ਲਈ ਉਹੀ ਗੱਲ ਕਹਿੰਦਾ ਬਈ ਯਾਰ ਸੈਲਰੀ ਨਹੀਂ ਮਿਲਦੀ, ਬਈ ਯਾਰ ਸੈਲਰੀ ਨਹੀਂ ਮਿਲਦੀ, ਕੀ ਕਰੀਏ। ਟਰਾਂਸਪੋਰਟਾਂ ਦਾ ਇਹ ਹਾਲ ਆਪਣੇ ਪੰਜਾਬੀਆਂ ਦਾ, ਚੀਜ਼ਾਂ ਇਹ ਚੀਜ਼ਾਂ ਤੁਸੀਂ ਆਪਣੇ ਟਰਾਂਸਪੋਰਟਾਂ 'ਚ ਸੋਚ ਸਮਝ ਕੇ ਆਇਓ। ਜ਼ਿਆਦਾਤਰ ਆਪਣੇ ਪੰਜਾਬੀਆਂ 'ਚ ਇੱਦਾਂ ਹੀ ਆ, ਜਦੋਂ ਤੁਸੀਂ ਫੋਨ ਕੀਤਾ ਹਾਂਜੀ ਸਰ ਟਾਇਰ ਪਾੜ ਗਿਆ, ਕਿੱਦਾਂ ਪਾੜ ਗਿਆ, ਇਹਨਾਂ ਨੂੰ ਬੰਦਾ ਇਹ ਪੁੱਛੇ ਵੀ ਕਿੱਦਾਂ ਟਾਇਰ ਪਾੜਦਾ ਹੁੰਦਾ, ਠੀਕ ਆ ਨਾ। ਆਹ ਚੀਜ਼ਾਂ ਤੁਹਾਨੂੰ ਮੈਂ ਦੱਸਤੀਆਂ, ਇਸ ਕਰਕੇ ਮੈਂ ਬਹੁਤ ਦਿਨ ਸੋਚਦਾ
ਠੀਕ ਆ, ਉਸ ਤੋਂ ਬਾਅਦ ਵਿੱਚ ਗੱਲ ਕਰਿਓ 2 ਸਾਲਾਂ ਤੋਂ, ਸਾਲ 1.5 ਸਾਲ ਤਾਂ ਮੰਨ ਕੇ ਚੱਲੋ ਕਿ ਤੁਸੀਂ ਉਹੀ ਪੈਸੇ ਲਾਓਗੇ ਜਿਹੜੇ ਪੈਸੇ ਆਪਾਂ ਲਾ ਕੇ ਆਏ ਹੋਏ ਹਾਂ, ਠੀਕ ਆ। ਉਸ ਤੋਂ ਬਾਅਦ ਵਿੱਚ ਜਿਹੜੀਆਂ ਗੱਲਾਂ ਬਾਅਦ 'ਚ ਦੀਆਂ ਗੱਲਾਂ ਤਾਂ ਫਿਰ ਗੱਲਾਂ ਹੀ ਆ, ਫਿਰ ਤਾਂ ਚਲੋ ਤੁਸੀਂ 5,000 ਵੀ ਕਮਾ ਸਕਦੇ, ਲੱਖ ਵੀ ਕਮਾ ਸਕਦੇ, ਮਹੀਨੇ ਦਾ 1.5 ਵੀ ਕਮਾ ਸਕਦੇ, ਠੀਕ ਆ। ਉਹ ਤੁਹਾਡੇ ਉੱਤੇ ਹੀ ਡਿਪੈਂਡ ਕਰਨਾ ਕਿ ਕਿੰਨੇ ਪੈਸੇ ਤੁਸੀਂ ਕਮਾਉਂਗੇ, ਠੀਕ ਆ। ਨਵੇਂ ਲਾਇਸੈਂਸ 'ਤੇ ਠੇਕਾ ਕਰਕੇ ਆਓਗੇ ਤਾਂ ਫਾਇਦੇ 'ਚ ਹੀ ਰਹੋਗੇ, ਠੀਕ ਆ। ਜਾਂ ਤੁਸੀਂ ਫਿਰ ਜਿਹੜੀ ਲੇਬਰ ਵਾਲਾ ਮੈਂ ਤੁਹਾਨੂੰ ਸਿਸਟਮ ਆ ਉਹ ਮੈਂ ਕੋਈ ਹੋਰ ਵੀਡੀਓ ਜਦੋਂ ਕਿਸੇ ਦਿਨ ਬਣਾਊਂਗਾ ਉਹਦੇ ਵਿੱਚ ਤੁਹਾਨੂੰ ਮੈਂ ਦੱਸੂੰਗਾ ਕਿ ਹਾਂ ਲੇਬਰ 'ਚ ਆ ਕੇ ਲਾਇਸੈਂਸ ਬਣਾ ਸਕਦੇ, ਕਿਵੇਂ ਬਣਾ ਸਕਦੇ, ਕਿੱਥੇ ਬਣਦਾ ਕਿੱਥੇ ਨਹੀਂ ਬਣਦਾ, ਸ਼ਾਰਜੇ ਦੇ ਵਿੱਚ ਤੁਸੀਂ ਆਉਂਦੇ ਨਹੀਂ ਬਣਦਾ, ਕਿੱਦਾਂ ਬਣਦਾ, ਪੇਪਰ ਵਗੈਰਾ ਲੱਗਦੇ ਆ, ਕੰਪਨੀਆਂ ਪੇਪਰ ਨਹੀਂ ਦਿੰਦੀਆਂ, ਠੀਕ ਆ। ਉਹ ਚੀਜ਼ਾਂ ਮੈਂ ਤੁਹਾਨੂੰ ਦੱਸ ਦੂੰਗਾ ਅਗਲੇ ਵੀਡੀਓ ਦੇ ਵਿੱਚ, ਜੇ ਮੇਰੇ ਟਾਈਮ ਲੱਗਾ ਤਾਂ ਮੈਂ ਬਣਾ ਦੂੰਗਾ, ਠੀਕ ਆ, ਨਹੀਂ ਤਾਂ ਮੇਰੇ ਕੋਲ ਟਾਈਮ ਇੰਨਾ ਹੁੰਦਾ ਨਹੀਂ, ਠੀਕ ਆ। ਇਹ ਵੀਡੀਓ ਹੁੰਦੀ ਯਾਰ ਬੜਾ ਸੋਚ ਸਮਝ ਕੇ ਬੋਲਣਾ ਪੈਂਦਾ, ਬਹੁਤ ਚੀਜ਼ਾਂ ਚੇਤਾ ਰੱਖ ਕੇ ਬੋਲਣੀਆਂ ਪੈਂਦੀਆਂ ਨੇ, ਉਹ ਚੀਜ਼ ਵਿੱਚ ਮਤਲਬ ਸੈੱਟ ਕਰਕੇ ਵੀਡੀਓ ਬਣਾਉਣੀ ਪੈਂਦੀ ਆ, ਫਿਰ ਜਾ ਕੇ ਤੁਹਾਨੂੰ ਚੀਜ਼ਾਂ ਇਹ ਸਮਝ ਆਉਣਗੀਆਂ, ਠੀਕ ਆ। ਆਇਓ ਆਪਣਾ ਸੋਚ ਕੇ ਸਮਝ ਕੇ ਆਓ, ਠੀਕ ਆ। ਪੈਸੇ ਲਾਓ 7-8 ਲੱਖ ਰੁਪਈਆ ਸੋਚ ਕੇ ਲਾਓ, ਵਧੀਆ ਥਾਂ 'ਤੇ ਲਾਓ, ਠੀਕ ਆ, ਤਾਂ ਤਾਂ ਫਾਇਦਾ, ਠੀਕ ਆ। ਨਹੀਂ ਤਾਂ ਆਪਣਾ ਕੋਈ ਫਾਇਦਾ ਨਹੀਂ ਹੈਗਾ ਇੱਦਾਂ ਕਿ ਪੈਸੇ ਲਾ ਕੇ ਤੁਸੀਂ ਮਾੜੀ ਟਰਾਂਸਪੋਰਟ 'ਚ ਫਸ ਜਾਓ। ਮਤਲਬ ਜੇ ਸ਼ੁਰੂ ਤੋਂ ਤੁਸੀਂ ਆਖੋ ਵੀ ਸਾਨੂੰ ਪੈਸੇ ਇੰਨੇ ਬਣ, ਤੁਸੀਂ ਇੰਨੇ ਕਿਹਾ ਉਹ ਨਹੀਂ ਬਣਨੇ, ਠੀਕ ਆ। ਸ਼ੁਰੂ ਵਾਲੇ 2 ਸਾਲ ਨਾ ਮੰਨ ਕੇ ਚੱਲੋ ਤੁਸੀਂ, ਉਸ ਤੋਂ ਬਾਅਦ ਵਿੱਚ ਨਜ਼ਾਰੇ, ਉਸ ਤੋਂ ਬਾਅਦ ਵਿੱਚ ਵਧੀਆ ਕਿਤੇ ਵੀ ਤੁਸੀਂ ਕੰਮ ਲੱਭ ਸਕਦੇ ਜੋ ਤੁਹਾਡੀ ਮਿਹਨਤ ਦੇ ਉੱਤੇ ਡਿਪੈਂਡ ਕਰੂਗਾ, ਠੀਕ ਆ। ਕਿ ਕਿੱਦਾਂ ਦਾ ਐਕਸਪੀਰੀਅੰਸ ਆ ਨਵੇਂ ਲਾਇਸੈਂਸ ਦਾ, ਬਾਈ ਇੱਦਾਂ ਜਿੱਦਾਂ ਹੁਣ ਕੋਈ ਕੰਪਨੀ ਕਾ ਡਰਾਈਵਰ ਮੰਗਦੀ ਆ, ਠੀਕ ਆ, ਉੱਥੇ ਹੁਣ ਜਦੋਂ ਕਿਸੇ ਬੰਦੇ ਨੇ ਜਾ ਕੇ ਲਾਇਸੈਂਸ ਰੱਖਤਾ 2 ਸਾਲ ਦਾ ਐਕਸਪੀਰੀਅੰਸ, ਤੁਸੀਂ ਕਾ ਮਹੀਨੇ ਐਕਸਪੀਰੀਅੰਸ ਵਾਲਾ ਰੱਖੀ ਫਿਰਦੇ, ਅਗਲਾ 2 ਸਾਲ ਵਾਲਾ ਚੱਕੂਗਾ ਨਾ ਤੁਹਾਡੇ ਮਹੀਨੇ ਵਾਲਾ ਥੋੜ੍ਹੀ ਚੱਕੂਗਾ। ਇਸ ਕਰਕੇ ਡਰਾਈਵਰ ਆ ਬੜੇ ਜ਼ਿਆਦਾ ਦੁਬਈ ਦੇ ਵਿੱਚ, ਕੰਮ ਆ ਕੰਮ ਵੀ ਬੜਾ, ਪਰ ਉਹ ਅਗਲਾ ਬੰਦਾ ਪੁਰਾਣਾ ਹੀ ਲੱਭਦਾ ਕਿ ਐਕਸਪੀਰੀਅੰਸ ਵਾਲਾ ਬੰਦਾ ਮਿਲ ਜੇ, ਲੋਕੇਸ਼ਨ ਦਾ ਸਾਰੀਆਂ ਚੀਜ਼ਾਂ ਦਾ ਪੁਰਾਣੇ ਬੰਦੇ ਨੂੰ ਪਤਾ ਹੋਊਗਾ, ਨਵੇਂ ਨੂੰ ਨਹੀਂ ਪਤਾ ਹੋਊਗਾ, ਕੰਪਨੀਆਂ ਇਹੀ ਸੋਚਦੀਆਂ, ਟਰਾਂਸਪੋਰਟ ਇਹੀ ਸੋਚਦੀਆਂ, ਐਕਸਪੀਰੀਅੰਸ ਵਾਲਾ ਬੰਦਾ ਮਿਲ ਜੇ, ਐਕਸਪੀਰੀਅੰਸ ਵਾਲਾ ਬੰਦਾ ਮਿਲ ਜੇ ਇਸ ਚੀਜ਼ਾਂ ਕਰਕੇ, ਕਿਉਂਕਿ ਕਈ ਨਵੇਂ ਆਪਣੇ ਹੁੰਦੇ ਵੀ ਆ ਮੁੰਡੇ, ਨੁਕਸਾਨ ਵੀ ਹੋ ਜਾਂਦਾ ਯਾਰ, ਚਲੋ ਤਾਂ ਕਿਸੇ ਤੋਂ ਵੀ ਹੋ ਸਕਦਾ, ਠੀਕ ਆ। ਕੁਛ ਕਈਆਂ ਨੂੰ ਨਹੀਂ ਵੀ ਯਾਰ ਜਾਣਕਾਰੀ ਹੁੰਦੀ ਉਸ ਚੀਜ਼ ਕਰਕੇ ਨੁਕਸਾਨ ਹੁੰਦਾ, ਕੰਪਨੀਆਂ ਫਿਰ ਜਿੱਦਾਂ ਵੀ ਤੁਸੀਂ ਸਮਝ ਲਓ ਵੀ ਨਵੇਂ ਬੰਦੇ ਨੂੰ ਨਹੀਂ ਹਿਸਾਬ ਹੁੰਦਾ, ਜਦੋਂ ਮੈਂ ਵੀ ਨਹੀਂ ਹਿਸਾਬ ਆਉਂਦਾ ਨਵੇਂ ਬੰਦੇ ਨੂੰ, ਠੀਕ ਆ। ਇਸ ਕਰਕੇ ਮੈਂ ਤੁਹਾਨੂੰ ਇਹ ਜਾਣਕਾਰੀ ਪੂਰੀ ਦੇਤੀ ਆ ਏਜ ਦੀ, ਠੀਕ ਆ, ਅਤੇ ਮਾਰਕਸ਼ੀਟ ਵਗੈਰਾ ਕੋਈ ਨਹੀਂ ਲੱਗਦੀ ਕਿਸੇ ਤਰੀਕੇ ਦੀ, ਕੁਛ ਨਹੀਂ ਚਾਹੀਦਾ ਤੁਹਾਨੂੰ, ਸਿਰਫ ਤੁਹਾਡਾ ਬਸ ਵੀਜ਼ਾ ਲੱਗਾ ਹੋਣਾ ਚਾਹੀਦਾ, ਇਮੀਗ੍ਰੇਸ਼ਨ ਆਈ ਡੀ ਹੋਣੀ ਚਾਹੀਦੀ ਆ ਇੱਥੋਂ ਦੀ, ਫਾਈਲ ਓਪਨ ਕਰਾ ਸਕਦੇ ਤੁਸੀਂ, ਹੋਰ ਕੁਛ ਨਹੀਂ ਚਾਹੀਦਾ, ਠੀਕ ਆ। ਚਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਠੀਕ ਆ। ਜੇ ਕੁਛ ਗਲਤ ਕਿਸੇ ਨੂੰ ਬੋਲਿਆ ਗਿਆ ਮੇਰੇ ਭਰਾ ਨੂੰ, ਕਿਉਂਕਿ ਮੈਂ ਜਿਹੜੀ ਵੀ ਗੱਲ ਦੱਸੀ ਆ ਤੁਹਾਨੂੰ ਬਿਲਕੁਲ ਸਹੀ ਦੱਸੀ ਆ, ਠੀਕ ਆ, ਠੀਕ ਆ। ਚਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਿਲਦੇ ਹਾਂ ਅਗਲੀ ਵੀਡੀਓ ਜੇ ਬਣਾਈ ਜਦੋਂ ਵੀ, ਠੀਕ ਆ, ਅਤੇ ਫਿਰ ਤੁਹਾਨੂੰ ਦੱਸਾਂਗੇ ਹੋਰ ਵੀ ਜਿਹੜੀ ਲੇਬਰ 'ਚ ਆ ਕੇ ਤੁਸੀਂ ਕਿੱਦਾਂ ਲਾਇਸੈਂਸ ਬਣਾ ਸਕਦੇ ਜੇ, ਠੀਕ ਆ। ਕੁਛ ਬੰਦੇ ਇਹੀ ਕਹੀ ਜਾਂਦੇ ਕਿ ਲੇਬਰ 'ਚ ਆ ਕੇ ਲਾਇਸੈਂਸ ਬਣਾ ਲਓ, ਵੀ ਲੇਬਰ 'ਚ ਆ ਕੇ ਲਾਇਸੈਂਸ ਬਣਾ ਲਓ, ਇੱਦਾਂ ਹੋਜੂਗਾ, ਇੱਦਾਂ ਹੋਜੂਗਾ, ਉਹਦੇ ਬਾਰੇ ਵੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਸੋਚ ਸਮਝ ਕੇ ਦੱਸੂਗਾ ਵੀ ਆਓ ਕਿ ਨਹੀਂ ਆਓ, ਕਿ ਕਿੱਦਾਂ, ਕਿ ਕਿੰਨੀ ਸੈਲਰੀ ਆ, ਕਿੰਨਾ ਕੀ ਆ, ਤੁਸੀਂ ਲਾਇਸੈਂਸ ਬਣਾ ਸਕਦੇ ਕਿ ਨਹੀਂ, ਜਾ ਸਕਦੇ ਕਿ ਨਹੀਂ, ਠੀਕ ਆ। ਉਹ ਚੀਜ਼ ਵੀ ਤੁਹਾਨੂੰ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ, ਠੀਕ ਆ। ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਿਲਦੇ ਹਾਂ ਅਗਲੀ ਵੀਡੀਓ 'ਚ ਯਾਰ, ਅਤੇ ਬਾਕੀ ਸਾਰੇ ਧਿਆਨ ਰੱਖਿਓ ਆਪਣਾ, ਠੀਕ ਆ, ਸਾਰੇ ਖੁਸ਼ ਰਹੋ, ਅਤੇ ਬਾਕੀ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਣੀ ਆ ਕਿ ਕੀ ਕਰਨਾ ਹੁਣ, ਠੀਕ ਆ। ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।